ਚਾਰ ਬੇਟੀਆਂ ਤੇ ਦੋ ਬੇਟੇ ਤੇ ਘਰ ਦਾ ਲਵੇਰਾ ਤੱਕ ਵੀ ਇੱਕ ਮੱਝ ਰੱਖ ਕੇ ਬਾਕੀ ਸਾਰੇ ਮੱਝਾਂ ਵੇਚ ਦਿੱਤੀਆਂ ਵੀ ਚੱਲ ਇਹ ਘਰ ਸਾਡਾ ਬਣ ਜਾਏਗਾ ਤੇ ਜਦੋਂ ਘਰ ਬਣਤੇ ਆਇਆ ਤੇ ਉਸ ਵੇਲੇ ਜੋ ਹਾਲਾਤ ਐ ਸਾਹਮਣੇ ਤੁਹਾਡੇ ਵੀ ਲੈਂਟਰ ਡਿੱਗ ਪਿਆ ਤੇ ਇਸ ਇਨਸਾਨ ਦਾ ਜੋ ਬੀਤੀ ਆ ਜਾਂ ਤੇ ਖੁਦ ਜਾਣਦਾ ਹੋਊਗਾ ਲੈਂਟਰ ਡਿੱਗਣ ਦੇ ਨਾਲ ਇਹਦਾ ਐਸ ਵੀਰੇ ਅਸੀਂ ਆਏ ਆ ਇਸ ਭਰਾ ਨੂੰ ਹੌਸਲਾ ਦੇਣ ਵਾਸਤੇ ਜਿੰਨੀ ਕੋਸ਼ਿਸ਼ ਜੀ ਭੇਟਾ ਆਪਾਂ ਕੋਸ਼ਿਸ਼ ਕੀਤੀ ਆ ਕਿ ਬਰਾਲਾ ਕੀਤਾ ਕਿ ਇਸ ਵੀਰ ਨੂੰ ਐਸਾ ਹੌਸਲਾ ਦਈਏ 11000 ਰੁਪਏ ਦੀ ਭੇਟਾ ਕੀਤੀ ਜਾ ਰਹੀ ਹੈ ਤਾਂ ਉਹ ਅਸੀਂ ਤਸਵੀਰ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇੱਕ ਆਰਥਿਕ ਪੱਖੋਂ ਜਿਹੜੀ ਇੱਕ ਮਦਦ ਜਿਹੜੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਸਰਦਾਰ ਦਰਜੀਤ ਸਿੰਘ ਹਨਾ ਵੱਲੋਂ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਪਿੰਡ ਜੀਓ ਬਾਲਾ ਵਿੱਚ ਇੱਕ ਕਿਸਾਨ ਨੱਥਾ ਸਿੰਘ ਦੇ ਨਵੇਂ ਪੈ ਰਹੇ ਲੈਂਟਰ ਡਿਗਣ ਕਾਰਨ ਪਰਿਵਾਰ ਦੇ ਵਿੱਚ ਮਾਇੂਸੀ ਛਾ ਗਈ ਸੀ ਪਿੰਡ ਵਿੱਚ ਵੀ ਮਾਹੌਲ ਇੰਨਾ ਗਮਗੀਨ ਬਣ ਗਿਆ ਸੀ ਕਿਉਂਕਿ ਕਿਸਾਨ ਨੇ ਆਪਣੀ ਸਾਰੀ ਢਾਈ ਏਕੜ ਜ਼ਮੀਨ ਢਾਈ ਸਾਲ ਦੇ ਐਡਵਾਂਸ ਦੇ ਠੇਕੇ ਉੱਪਰ ਦੇ ਕੇ ਅਤੇ ਕੁਝ ਆਪਣੀਆਂ ਮੱਝਾਂ ਵੇਚ ਕੇ ਕੋਠੀ ਦਾ ਲੈਂਟਰ ਚਾਲੂ ਕੀਤਾ ਸੀ ਪਰ ਬਦਕਿਸਮਤੀ ਦੇ ਨਾਲ ਲੈਂਟਰ ਪਾਉਂਦਿਆਂ ਸਾਰੀ ਉਹ ਡਿੱਗ ਪਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਅਤੇ ਉਹ ਵੀਡੀਓ ਦੇਖ ਕੇ ਸਮਾਜ ਸੇਵੀ ਦਲਜੀਤ ਸਿੰਘ ਏਐਸਆਈ ਅੰਮ੍ਰਿਤਸਰ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਪਰਿਵਾਰ ਦੇ ਨਾਲ ਸੰਪਰਕ ਕੀਤਾ ਅਤੇ ਇਸ ਤੋਂ ਇਲਾਵਾ ਵੀ ਕਈ ਦਾਨੀ ਸਜਨਾ ਨੇ ਇਸ ਪਰਿਵਾਰ ਦੀ ਮਦਦ ਕੀਤੀ। ਤੁਸੀਂ ਵੀ ਸੁਣੋ ਉਸ ਕਿਸਾਨ ਦੀ ਗੱਲ ਇਹ ਇੱਥੇ ਕੰਮ ਕਰ ਰਹੇ ਸੀ ਤਾਂ ਹੁਣ ਉਹਨਾਂ ਦਾ ਲੈਂਟ ਡੇਗਾ ਤੋਂ ਉਹਨਾਂ ਦੀ ਮਦਦ ਵਾਸਤੇ ਹੁਣ ਐਸਆਈ ਸਰਦਾਰ ਦਰਜੀਤ ਸਿੰਘ ਜੋ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਤਾਂ ਸਮਾਜ ਸੇਵਾ ਦੇ ਕੰਮਾਂ ਚ ਅੱਗੇ ਆਏ ਨੇ ਤਾਂ ਹੁਣ ਉਹਨਾਂ ਵੱਲੋਂ ਇੱਕ ਪੇਟ ਜਿਹੜੀ ਹੈ ਛੋਟੀ ਜੀ 11000 ਰੁਪਏ ਦੀ ਬੇਟਾ ਕੀਤੀ ਜਾ ਰਹੀ ਹੈ ਤਾਂ ਉਹ ਅਸੀਂ ਤਸਵੀਰ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇੱਕ ਆਰਥਿਕ ਪੱਖੋਂ ਜਿਹੜੀ ਇੱਕ ਮਦਦ ਜਿਹੜੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਸਰਦਾਰ ਦਰਜੀਤ ਸਿੰਘ ਹਣਾ ਵੱਲੋਂ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਆਖਿਰਕਾਰ ਕਿਦਾਂ ਅਸੀਂ ਇੱਕ ਦੂਸਰੇ ਦੀ ਮਦਦ ਕਰਾਂਗੇ ਕਿਸ ਤਰ੍ਹਾਂ ਸਮਾਜ ਸੇਵਾ ਕਰਾਂਗੇ ਕਿਸ ਤਰ੍ਹਾਂ ਅਸੀਂ ਖੁਸ਼ਹਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਐਸ.ਆਈ. ਦਿਲਜੀਤ ਸਿੰਘ ਅਮਸਰ ਮੈਂ ਜੀ ਪਿੰਡ ਜੀਓਬਾਲਾ ਜ਼ਿਲ੍ਹਾ ਤਰਨਤਾਰਨ ਦੇ ਵਿਖੇ ਆਏ ਹਾਂ ਇੱਕ ਕਿਸਾਨ ਸੀ ਸਰਦਾਰ ਅਨਜੇ ਸਿੰਘ ਜੋ ਸਾਡੇ ਨਾਲ ਖੜੇ ਨੇ ਇਹਨਾਂ ਦਾ 13 ਤਰੀਕ ਨੂੰ ਲੈਂਟਰ ਪਿਆ ਸੀਗਾ ਢਾਈ ਕਿਲੇ ਪਿਆੜੀ ਇਹਨਾਂ ਦੀ ਇਨਾਂ ਦੇ 4 ਲੜਕੀਆਂ 2 ਲੜਕੇ ਨੇ ਔਰ ਘਰ ਦੇ ਜੋ ਹਾਲਾਤ ਹੈ ਇਸ ਵੇਲੇ ਜੋ ਆ ਪਿਛਲਾ ਮਕਾਨ ਦਰਖਸਦੇ ਪਏ ਨੇ ਇਹਨਾਂ ਵਿਚਾਰਿਆਂ ਨੇ ਇਨਸਾਨਾਂ ਨੇ ਆਪਣੇ ਪੈੜੀ ਜਿਹੜੀ ਸੀ ਉਹ 3 ਸਾਲ ਠੀਕੇ ਤੇ ਐਡਵਾਂਸ ਦੇ ਕੇ ਨੀਹਾਂ ਜਿਹੜੀਆਂ ਸੀ ਉਹ 2 ਸਾਲ 3 ਸਾਲ ਪਹਿਲਾਂ ਭਰੀਆਂ ਹੋਈਆਂ ਸੀਗੀਆਂ ਵੀ ਚੱਲ ਸਾਡਾ ਜਦੋਂ ਕੋ ਟਾਈਮ ਆਏਗਾ ਅਸੀਂ ਕੋਠੀ ਬਣਾਵਾਂਗੇ ਲੇਕਿਨ 13 ਤਰੀਕ ਨੂੰ ਜਦੋਂ ਲੈਂਟਰ ਪਾਇਆ ਲੋਕੀ ਵਧਾਈਆਂ ਹੀ ਦੇ ਰਹੇ ਸੀ ਤੇ ਇਹਨਾਂ ਦੇ ਜਿਹੜੇ ਲੈਂਟਰ ਸੀਗਾ ਉਹ ਥੱਲੇ ਡਿੱਗ ਪਿਆ ਇਹ ਬਹੁਤ ਵੱਡੀ ਇੱਕ ਇਹ ਇਨਸਾਨ ਨਾ ਵਿਚਾਰੇ ਦਾ ਦੁਰਘਟਨਾ ਘਟੀ ਆ ਫਿਰ ਵੀ ਜਾਨੀ ਨੁਕਸਾਨ ਤੋਂ ਬਚਾਵਾ ਲੇਕਿਨ ਇਸ ਇਨਸਾਨ ਦੇ ਜਿਹੜਾ ਨੁਕਸਾਨ ਹੋਇਆ ਲੈਂਟਰ ਡਿੱਗਿਆ ਲੈਂਟਰ ਡਿੱਗਣ ਦੇ ਨਾਲ ਇਹਦਾ ਇਸ ਵੇਲੇ ਅਸੀਂ ਆਏ ਆ ਇਸ ਭਰਾ ਨੂੰ ਹੌਸਲਾ ਦੇਣ ਵਾਸਤੇ ਜਿੰਨੀ ਕੋਸ਼ਿਸ਼ ਜੀ ਭੇਟਾ ਆਪਾਂ ਕੋਸ਼ਿਸ਼ ਕੀਤੀ ਆ ਕਿ ਬਰਾਲਾ ਕੀਤਾ ਕਿ ਇਸ ਵੀਰ ਨੂੰ ਹੌਸਲਾ ਦਈਏ ਲੇਕਿਨ ਹੋਰ ਕਿਸੇ ਜਥੇਬੰਦੀਆਂ ਨੇ ਸਾਨੂੰ ਜਾਂ ਜਿਹੜੀਆਂ ਸੰਸਾਵਾਂ ਨੇ ਉਹਨਾਂ ਨੂੰ ਸਾਨੂੰ ਹੌਸਲਾ ਦਿੱਤਾ ਤੇ ਅਸੀਂ ਆਵਾਂਗੇ ਤੇ ਇਸ ਵੀਰ ਦਾ ਇਹ ਲੈਂਟਰ ਜਿਹੜਾ ਪੂਰਾ ਪਵਾ ਦਾਂਗੇ ਤੇ ਇਹ ਜਿਹੜਾ ਅੱਜ ਅਸੀਂ ਇੱਕ ਬਲਦੇਵ ਸਿੰਘ ਸਾਡੇ ਜੀਓਬਾਲਾ ਪਿੰਡ ਤੋਂ ਸੀਗੇ ਉਹਨਾਂ ਨੇ ਸਾਨੂੰ ਵੀਡੀਓ ਪਾਈ ਸੀਗੀ ਉਹ ਵੀਡੀਓ ਪਾਉਣ ਦੇ ਨਾਲ ਇਹ ਜਿਹੜੀ ਵੀਡੀਓ ਸਾਡੇ ਤੱਕ ਪਹੁੰਚੀ ਤੇ ਅਸੀਂ ਅੱਜ ਪਿੰਡ ਜੀਓਬਾਲਾ ਚੱਲ ਕੇ ਆਏ ਆ ਤੇ ਅਸੀਂ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆਂ ਕਿ ਅੱਗੇ ਵੱਤ-ਵੱਤ ਅੱਗੇ ਆ ਕੇ ਇਸ ਇਨਸਾਨ ਦੀ ਬਾਹਮ ਫੜਨ ਚਾਰ ਬੇਟੀਆਂ ਤੇ ਦੋ ਬੇਟੇ ਤੇ ਘਰ ਦਾ ਲਵੇਰਾ ਤੱਕ ਵੀ ਇੱਕ ਮੱਝ ਰੱਖ ਕੇ ਬਾਕੀ ਸਾਰੇ ਮੱਝਾਂ ਵੇਚ ਦਿੱਤੀਆਂ ਵੀ ਚੱਲ ਇਹ ਘਰ ਸਾਡਾ ਬਣ ਜਾਏਗਾ ਤੇ ਜਦੋਂ ਘਰ ਬਣ ਤੇ ਆਇਆ ਤੇ ਉਸ ਵੇਲੇ ਜੋ ਹਾਲਾਤ ਹੈ ਸਾਹਮਣੇ ਤੁਹਾਡੇ ਵੀ ਲੈਂਟਡ ਡਿੱਗਿਆ ਤੇ ਇਸ ਇਨਸਾਨ ਨਾਲ ਜੋ ਬੀਤੇ ਆ ਜਾਂ ਤੇ ਖੁਦ ਜਾਣਦਾ ਹੋਗਾ ਖੇਮ ਕਰਨ ਤੋਂ ਜਗਜੀਤ ਸਿੰਘ ਦਲ ਦੀ ਰਿਪੋਰਟ ਪਬਲਿਕ ਟਾਈਮਸ